ਇੱਕ ਵਾਰੀ ਪਤਾ ਕਰ ਲਈ ਠੀਕ ਹੈ। ਕੋਈ ਨਾ, ਸਵੇਰੇ ਸਵੇਰੇ ਨਾ ਮੇਰਾ ਦਿਮਾਗ ਨਾ ਖਰਾਬ ਕਰ, ਜਦੋਂ ਮੇਰਾ ਟਾਈਮ ਲੱਗੂਗਾ ਨਾ ਮੈਂ ਪੁੱਛ ਦੂੰਗੀ, ਤੂੰ ਜਾ। ਫਿਰ ਕਹਿਣਾ ਤੂੰ ਮੇਰੀ ਬੇਇੱਜ਼ਤੀ ਨਾ ਕਰੋ, ਮੈਨੂੰ ਭੋਲੂ ਨਾ ਕਹੋ। ਤੁਸੀਂ ਇੱਦਾਂ ਕਰਿਆ ਕਰੋ, ਆਉਂਦੇ ਸਾਰ ਨਾ ਦੋਨੇ ਲੂਡੋ ਲਾ ਲਿਆ ਕਰੋ ਮੋਬਾਈਲ 'ਤੇ, ਦੋਨੇ ਖੇਡੀ ਜਾਇਆ ਕਰੋ, ਕੰਮ ਆ ਕੇ ਮੈਂ ਕਰ ਲਿਆ ਕਰੋ। ਵੀਰੇ ਕੀ ਹੋ ਗਿਆ ਤੁਹਾਨੂੰ? ਮੈਂ ਦਿੰਦੀ ਹਾਂ ਸਮਾਨ, ਤੁਸੀਂ ਰਹਿਣ ਦਿਓ, ਉੱਧਰ ਹੋਵੋ, ਮੈਂ ਦਿੰਦੀ। 4,000 ਮੈਂ ਤੈਨੂੰ ਤਨਖਾਹ ਦਿੰਦਾ, 10,000 ਮੈਂ ਬਾਵੇ ਨੂੰ ਦਿੰਦਾ। ਵੀਰੇ 10,000 ਤਨਖਾਹ ਵਾ ਵੀਰੇ ਦੀ? ਫੋਨ ਹੀ ਸਵਿੱਚ ਆਫ ਆ ਰਿਹਾ ਵਾ ਵੀਰੇ, ਹੁਣ ਕੀ ਹੋਊਗਾ? ਹੁਣ ਕੀ ਹੋਊਗਾ, ਜਾ ਕੇ ਦੇਖ ਕਿੱਥੇ ਆ ਰਿਕਸ਼ੇ ਵਾਲਾ, ਸਮਾਨ ਰੱਖ ਕੇ ਆ ਗਿਆ, 5,000 ਰੁਪਏ ਦਾ ਸਮਾਨ ਹੈ। ਤਨਖਾਹ ਬਾਵੇ ਵੀਰੇ ਦੀ ਇੰਨੀ ਜ਼ਿਆਦਾ? ਜੇ ਮੈਂ 2.5 ਮਹੀਨੇ ਕੰਮ ਕਰੂੰਗੀ ਨਾ ਫਿਰ ਜਾ ਕੇ ਮੈਨੂੰ 10,000 ਮਿਲਣਾ। ਕੰਮ ਤਾਂ ਬਾਵਾ ਵੀਰੇ ਓਨਾ ਹੀ ਕਰਦਾ ਜਿੰਨਾ ਮੈਂ ਕਰਦੀ ਹਾਂ, ਫਿਰ ਬਾਵੇ ਵੀਰੇ ਤਨਖਾਹ 10,000 ਕਿਵੇਂ ਹੋਊਗੀ? ਤੂੰ ਕਿੱਧਰ ਗਈ ਸੀ ਵੀਰੇ? ਮੈਂ ਉਹ ਸਾਹਮਣੇ ਹੱਥ ਧੋਣ ਗਈ ਸੀ। ਝਾੜੂ ਲੱਗ ਗਿਆ ਸਾਰਾ? ਹਾਂਜੀ ਵੀਰੇ। ਵੀਰੇ ਬਾਵੇ ਵੀਰੇ ਦਾ ਫੋਨ ਨਹੀਂ ਆਇਆ ਤੁਹਾਨੂੰ? ਬਾਵੇ ਵੀਰੇ ਨੇ ਫੋਨ ਕੀ ਕਰਨਾ, ਮੇਰਾ ਫੋਨ ਨਹੀਂ ਚੱਕਦਾ ਪਿਆ ਉਹ। ਬਾਵਾ ਵੀਰੇ ਹੈ ਕਿੱਥੇ ਆ? ਬਾਵੇ ਵੀਰੇ ਰਾਤੀ ਵੀ ਨਹੀਂ ਆਇਆ ਹੈਗਾ। ਤਾਂ ਹੀ ਤਾਂ ਮੈਂ ਕਹਿ ਰਿਹਾ, ਰਾਤੀ ਵੀ ਉਹਨੂੰ ਮੈਂ 7-8 ਫੋਨ ਕੀਤੇ, ਉਦੋਂ ਵੀ ਨਹੀਂ ਚੱਕੇ। ਸਵੇਰੇ ਵੀ ਮੈਨੂੰ ਸੀਗਾ ਚਾਬੀਆਂ ਲੈ ਕੇ ਦੁਕਾਨ ਖੋਲੂਗਾ, ਉਹਦੇ ਕਰਕੇ ਮੈਨੂੰ ਜਲਦੀ ਆਉਣਾ ਪਿਆ, ਨਾਲੇ ਮੈਂ ਰੋਟੀ ਵੀ ਨਹੀਂ ਖਾ ਕੇ ਆਇਆ ਉਹਦੇ ਕਰਕੇ। ਤੁਸੀਂ ਹੁਣ ਫੋਨ ਕਰਕੇ ਦੇਖਣਾ ਸੀ ਨਾ? ਚੱਕਦਾ ਹੀ ਨਹੀਂ ਫੋਨ, ਲੈ ਤੇਰੇ ਸਾਹਮਣੇ ਲਾ ਲੈਣਾ, ਮੈਨੂੰ ਕੀ ਆ। ਦੇਖ ਲਾ ਰਿੰਗ ਜਾ ਰਹੀ ਆ, ਚੱਕਦਾ ਨਹੀਂ ਪਿਆ।
ਨਾਲੇ ਭਾਵੇਂ ਦੁਬਾਰਾ ਲਾ ਦਿੰਦਾ। ਇੱਦਾਂ ਹੀ ਕਰਦਾ ਪਿਆ ਸਵੇਰ ਤੇ ਵੀ 8-10 ਫੋਨ ਕਰਤੇ ਉਹਨੂੰ ਮੈਂ, ਨਹੀਂ ਚੱਕਦਾ ਪਿਆ ਤੇ। ਓਹਨੂੰ ਪਤਾ ਵੀ ਨੀਗਾ। ਹੈਲੋ, ਹਾਂਜੀ ਕੌਣ? ਯਾਰ ਤੂੰ ਮੇਰਾ ਫੋਨ ਨਹੀਂ ਚੱਕ ਰਿਹਾ, ਸੁਰਿੰਦਰ ਬੋਲ ਰਿਹਾ। ਲੈ ਕੱਟ ਤਾ ਫੋਨ ਵੀਰੇ, ਫੇਰ ਕਰੋ ਨਾ ਆਹੀ ਵਾਲੇ ਨੰਬਰ ਤੋਂ। ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਮੇਰਾ ਨੰਬਰ ਹੈ? ਅਦੇ ਕੱਟ ਹੀ ਜਾਂਦਾ ਫੋਨ। ਇਹਨਾਂ ਦਾ ਪਤਾ ਲੱਗ ਗਿਆ ਠੀਕ ਠਾਕ ਆ, ਜਾਣ ਕੇ ਨਹੀਂ ਫੋਨ ਚੱਕ ਰਿਹਾ। ਓਏ ਮੇਰਾ ਫੋਨ ਨਾ ਕੱਟੀ। ਹੈਲੋ, ਹਾਂਜੀ ਵੀਰੇ, ਤੂੰ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਮੈਨੂੰ ਆਹ ਦੱਸ ਪਹਿਲਾਂ। ਵੀਰੇ ਮੈਂ ਡਰ ਗਿਆ ਸੀਗਾ। ਕੀ ਡਰ ਗਿਆ ਸੀਗਾ? ਤੇ ਕੋਈ ਜ਼ਿੰਮੇਵਾਰੀ ਨਾਮ ਦੀ ਚੀਜ਼ ਹੈਗੀ ਆ? ਨਾ ਤੂੰ ਰਾਤ ਨੂੰ ਵਾਪਸ ਆਇਆ, ਨਾ ਤੂੰ ਹੁਣ ਸਵੇਰੇ ਫੋਨ ਚੱਕਦਾ ਪਿਆ। ਯਾਰ ਨਿਆਣੇ ਵਾਲੀਆਂ ਗੱਲਾਂ ਕਰਦਾ, ਐਡਾ ਵੱਡਾ ਹੋ ਗਿਆ, ਜੇ ਤੇਰੀ ਗਲਤੀ ਸੀ ਮੈਂ ਡਾਂਟ ਤਾਂ ਫਿਰ ਕੀ ਹੋ ਗਿਆ? ਤੇ ਘਰ ਬਹਿ ਕੇ ਗੁਜ਼ਾਰਾ ਹੋ ਜੂਗਾ? ਮੈਂ ਤੇਰੇ ਘਰੇ ਨਹੀਂ ਆ ਸਕਦਾ। ਤੂੰ ਨਾ ਚੁੱਪ ਕਰਕੇ ਨਾ ਦੁਕਾਨ ਤੇ ਆ ਜਾ, ਕੁਛ ਨੀ ਕਹਿੰਦਾ ਮੈਂ ਤੈਨੂੰ। ਠੀਕ ਆ ਵੀਰੇ, ਮੈਂ ਆਉਣਾ ਵਾ। ਜਲਦੀ ਆ ਜਾ, ਮੈਂ ਤੇਰੀ ਵੇਟ ਕਰ ਰਿਹਾ। ਠੀਕ ਆ ਵੀਰੇ। ਹੈ ਨਾ ਬੋਲੂ, ਡਰ ਡਰ ਲੱਗਦਾ ਪਿਆ ਜੀ, ਮੈਂ ਨੁਕਸਾਨ ਕਰਤਾ। ਏਦਾਂ ਘਰੇ ਬਹਿ ਕੇ ਨੁਕਸਾਨ ਪੂਰਾ ਹੋ ਜੂਗਾ? ਸਮਝ ਨਹੀਂ ਆਉਂਦੀ ਮੇਰੇ ਪੱਲੇ ਇਹੋ ਜਿਹਾ ਕੁਛ ਕਿਉਂ ਪੈਂਦਾ। ਤੈਨੂੰ ਮੈਂ ਕਿਹਾ ਸੀ ਨਾ ਕਿ ਮੈਂ ਗੱਲ ਕਰ ਲੂੰਗੀ, ਤੈਨੂੰ ਇੰਨੀ ਕਾਹਲੀ ਕਿਉਂ ਹੈ? ਮੈਂ ਤੈਨੂੰ ਕਿਹਾ ਨਾ ਮੈਂ ਗੱਲ ਕਰ ਲੂੰਗੀ ਯਾਰ, ਤੂੰ ਜਾ ਹੁਣ ਇੱਥੋਂ। ਠੀਕ ਆ ਯਾਰ, ਹੁਣ ਹੀ ਕਰਾਂਗਾ ਫਿਰ, ਮੈਨੂੰ ਤੈਨੂੰ ਪਤਾ ਵਾ ਤੂੰ ਮੇਰੀ ਸਹੇਲੀ ਨਹੀਂ ਹੈਗੀ। ਸਹੇਲੀ ਤਾਂ ਮੈਂ ਤੇਰੀ। ਹਾਂਜੀ ਵੀਰੇ, ਹਾਂਜੀ ਕੌਣ ਆ ਇਹ, ਕੀ ਹੋਇਆ? ਵੀਰੇ ਮੇਰੀ ਉਹੀ ਸਹੇਲੀ ਆ ਜਿਹਦੀ ਮੈਂ ਤੁਹਾਡੇ ਕੋਲ ਗੱਲ ਕੀਤੀ ਸੀ ਕੰਮ ਤੇ ਲੱਗਣ ਬਾਰੇ। ਹਾਂਜੀ ਵੀਰੇ, ਨਾ ਗੱਲ ਨਹੀਂ ਕੀਤੀ ਮੇਰੇ ਬਾਰੇ? ਗੱਲ ਤਾਂ ਕੀਤੀ ਸੀ ਪਰ ਮੈਨੂੰ ਕੋਈ ਜਵਾਬ ਤਾਂ ਦੇ ਲੈਣ ਦਿਓ। ਤੁਸੀਂ ਸਿੱਧਾ ਹੀ ਆ ਕੇ ਕਹਿਣ ਲੱਗ ਗਏ ਹੋ ਕਿ ਮੈਨੂੰ ਕੰਮ ਤੇ ਰੱਖ ਲਓ, ਇਦਾਂ ਥੋੜੀ ਕੰਮ ਮਿਲਦਾ ਹੁੰਦਾ। ਵੀਰੇ ਮੈਨੂੰ ਕੰਮ ਤੇ ਰੱਖ ਲਓ, ਮੈਨੂੰ ਬਹੁਤ ਕਮਾਉਂਦਾ। ਦੇਖ ਬੇਟੇ ਮੇਰੀ ਗੱਲ ਸੁਣ, ਮੈਂ ਇਹਨੂੰ ਹਜੇ 15 ਦਿਨ ਪਹਿਲਾਂ ਰੱਖਿਆ, ਮੇਰੇ ਕੋਲ ਪਹਿਲਾਂ ਇੱਕ ਹੋਰ ਮੁੰਡਾ ਵੀ ਕੰਮ ਕਰਦਾ, ਮੈਂ ਇੰਨੀਆਂ ਤਨਖਾਹਾਂ ਕਿੱਥੋਂ ਦੇਣੀਆਂ ਨੇ?
ਵੀਰੇ ਕੋਈ ਨਾ, ਮੈਨੂੰ ਤਨਖਾਹ ਨਾ ਦਈਓ, ਮੈਨੂੰ ਬਸ ਕੰਮ ਸਿਖਾ ਦਿਓ, ਮੈਂ ਕੰਮ ਸਿੱਖਣਾ ਵਾ ਵੀਰੇ, ਪਲੀਜ਼ ਰੱਖ ਲਓ ਨਾ। ਕੀ ਨਾਮ ਹੈ ਤੁਹਾਡਾ? ਨੇਹਾ। ਨੇਹਾ, ਜਦ ਸਾਨੂੰ ਲੋੜ ਹੀ ਹੈ ਨਹੀਂ ਕਿਸੇ ਸਟਾਫ ਦੀ, ਹੈ ਨਾ, ਅਸੀਂ ਧੱਕੇ ਨਾਲ ਕਿਵੇਂ ਰੱਖ ਲਈਏ? ਨਾਲੇ ਕੋਈ ਇੰਸਟੀਚਿਊਟ ਥੋੜ੍ਹੀ ਹੈ ਜਿੱਥੇ ਮੈਂ ਕੰਮ ਸਿਖਾ ਸਿਖਾ ਕੇ ਅੱਗੇ ਭੇਜੂੰਗਾ ਬੰਦਿਆਂ ਨੂੰ। ਵੀਰੇ ਕੋਈ ਨਾ, ਜਦੋਂ ਮੈਂ ਕੰਮ ਸਿੱਖ ਲੂੰਗੀ ਨਾ ਪੂਰੀ ਤਰ੍ਹਾਂ, ਅਗਰ ਭਾਵੇਂ ਤੁਸੀਂ ਤਨਖਾਹ ਦੇ ਦਿਓ। ਹੁਣ ਤੂੰ ਧੱਕੇ ਨਾ ਲੱਗਣਾ ਚਾਹੁੰਦੀ ਸਾਡੀ ਦੁਕਾਨ 'ਤੇ। ਵੀਰੇ ਰੱਖ ਲੂੰਗਾ ਪਲੀਜ਼। ਕਿੱਥੇ ਰਹਿੰਦੇ ਹੋ ਤੁਸੀਂ? ਵੀਰੇ ਆਹੀ 9 ਨੰਬਰ ਗਲੀ 'ਚ। ਤੂੰ ਇੱਦਾਂ ਕਰ, ਕੰਮ ਸਿੱਖਣਾ ਹੈ ਨਾ? ਹਾਂਜੀ ਵੀਰੇ। ਤੂੰ ਉੱਦਾਂ ਆ ਜਾਇਆ ਕਰ, 1-2 ਘੰਟੇ, ਠੀਕ ਹੈ? ਹਾਂਜੀ। ਤੈਨੂੰ ਹੌਲੀ ਹੌਲੀ ਕੰਮ ਸਿਖਾ ਦਾਂਗੇ, ਪਰ ਮੇਰੀ ਗੱਲ ਖਾਨੇ ਪਾ ਲਾ, ਤਨਖਾਹ ਨਹੀਂ ਮੈਂ ਦੇਣੀ ਹਜੇ। ਵੀਰੇ ਕੋਈ ਨਾ, ਤੁਸੀਂ ਤਨਖਾਹ ਨਾ ਦਈਓ ਮੈਨੂੰ। ਹਾਂ, ਜਦੋਂ ਮੈਨੂੰ ਲੱਗੂਗਾ ਕਿ ਤੂੰ ਕੰਮ ਕਰਨ ਲੱਗ ਗਈ ਹੈ, ਠੀਕ ਹੈ, ਕੰਮ ਸਿੱਖ ਗਈ ਹੈ, ਫਿਰ ਮੈਂ ਤਨਖਾਹ ਦੇਣੀ ਹੈ, ਅਤੇ ਉਹ ਵੀ ਦਊਂਗਾ ਮੈਂ 3000 ਰੁਪਈਆ। ਕੋਈ ਨਾ ਵੀਰੇ। ਹਾਂ ਬਈ, ਠੀਕ ਹੈ ਵੀਰੇ, ਜਿੱਦਾਂ ਤੁਹਾਨੂੰ ਸਹੀ ਲੱਗਦਾ। ਤੇਰੇ ਕਹੇ 'ਤੇ ਰੱਖ ਰਿਹਾ, ਤੇਰੀ ਜ਼ਿੰਮੇਵਾਰੀ ਹੈ। ਠੀਕ ਹੈ ਵੀਰੇ। 1 ਮਹੀਨਾ ਤੂੰ ਕੰਮ ਸਿੱਖੇਂਗੀ। ਹਾਂਜੀ। ਉਹਦੀ ਮੈਂ ਕੋਈ ਤਨਖਾਹ ਨਹੀਂ ਦੇਣੀ। ਠੀਕ ਹੈ ਵੀਰੇ, ਕੋਈ ਗੱਲ ਨਹੀਂ, ਮੈਂ ਕੰਮ ਸਿੱਖ ਲੂੰਗੀ ਚੰਗੀ ਤਰ੍ਹਾਂ। ਬੜੀ ਠੀਕ ਠਾਕ ਕੁੜੀ। ਵੀਰੇ ਰੱਖ ਲਓ। ਚੱਲ ਫਿਰ ਕੱਲ੍ਹ ਤੋਂ ਆ ਜਾਈ, 1-2 ਘੰਟੇ ਆ ਜਾਈ। ਵੀਰੇ ਹੁਣ ਤੋਂ ਨਹੀਂ ਮੈਂ ਕਰ ਸਕਦੀ ਕੰਮ। ਤੂੰ ਇੰਨੀ ਵਿਹਲੀ ਹੈ, ਘਰੇ ਦੱਸ ਕੇ ਤਾਂ ਆ ਜਾ, ਮੈਂ ਕੰਮ 'ਤੇ ਲੱਗ ਗਈ ਹਾਂ। ਵੀਰੇ ਮੈਂ ਦੱਸ ਕੇ ਆਈ ਹਾਂ। ਹਾਏ ਰੱਬਾ ਮੇਰਿਆ। ਸਿਖਾਓ ਜੀ ਕੰਮ ਫਿਰ। ਕੱਲ ਆਧਾਰ ਕਾਰਡ ਲੈ ਕੇ ਆਈ ਆਪਣਾ। ਠੀਕ ਹੈ ਵੀਰੇ। ਇਹ ਹੋਈ ਕੀ ਜਾਂਦਾ ਮੇਰੇ ਨਾਲ ਦੁਕਾਨ 'ਤੇ? ਇੱਕੋ ਬਾਵਾ ਬਾਹਲੀਆਂ ਗਲਤੀਆਂ ਕਰਨ ਲੱਗ ਗਿਆ, ਇੱਕ ਮੇਰਾ ਸਟਾਫ ਧੱਕੇ ਨਾਲ ਹੀ ਵਧੀ ਜਾਂਦਾ। 2 ਭੋਲੂ ਤਾਂ ਮੈਂ ਪਹਿਲਾਂ ਰੱਖ ਲਏ ਸੀ, ਇਹ ਦੇਖਦੇ ਹਾਂ ਛੋਟਾ ਜਿਹਾ ਭੋਲੂ ਕੀ ਕਰਦਾ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਆ ਗਏ ਹੋ ਸਾਹਿਬ ਜੀ? ਹਾਂਜੀ ਵੀਰੇ। ਫੋਨ ਕਿੱਥੇ ਤੁਹਾਡਾ? ਫੋਨ ਹੈਗਾ ਵੀਰੇ, ਦਿਖਾਇਓ ਵੀਰੇ। ਫੋਨ ਰੱਖੋਗੇ ਤਾਂ ਨਹੀਂ ਹੁਣ? ਇਹ ਭਾਰਾ ਹੀ ਬੜਾ ਯਾਰ, ਚੱਕਿਆ ਨਹੀਂ ਜਾਂਦਾ ਤੇਰਾ ਫੋਨ ਵੀਰੇ। ਹਲਕਾ ਤਾਂ ਹੈਗਾ, ਦੇਖੋ ਆਰਾਮ ਨਾਲ ਤਾਂ ਚੱਕਿਆ ਜਾ ਰਿਹਾ। ਚੱਕਿਆ ਜਾ ਰਿਹਾ ਨਾ ਫੋਨ? ਤੈਨੂੰ ਮੈਂ ਰਾਤ ਦੇ ਕਿੰਨੇ ਫੋਨ ਕੀਤੇ ਆ, ਸਵੇਰੇ ਵੀ ਕਿੰਨੇ ਕੀਤੇ, ਚੱਕਦਾ ਕਿਉਂ ਨਹੀਂ? ਦੂਜੇ ਨੰਬਰ 'ਤੇ ਕੀਤਾ ਤੂੰ, ਫਟਾਫਟ ਚੱਕ ਲਿਆ। ਵੀਰੇ ਮੈਂ ਡਰ ਗਿਆ ਸੀਗਾ ਕਿ ਤੁਸੀਂ ਮੇਰੇ ਪੈਸੇ ਕੱਟੋਗੇ। ਪੈਸੇ ਤਾਂ ਮੈਂ ਹੁਣ ਵੀ ਕੱਟੂੰਗਾ, ਛੱਡੂੰਗਾ ਤਾਂ ਮੈਂ ਹੈ ਨਹੀਂ। 5000 ਰੁਪਏ ਦਾ ਸਮਾਨ ਆ, ਰਿਕਸ਼ੇ ਵਾਲਾ ਬਗਾਨਾ ਸੀਗਾ, ਛੱਡ ਕੇ ਤੁਸੀਂ ਆ ਗਏ ਹੋ। ਸਕੂਟਰੀ 'ਤੇ ਕਹਿੰਦਾ ਮੈਂ ਫਟਾਫਟ ਜਾਣਾ ਨਾ। ਮੈਨੂੰ ਇਹ ਗੱਲ ਦੱਸ, ਜੇ ਤੂੰ ਫੋਨ ਨਹੀਂ ਚੱਕੇਗਾ ਮੈਂ ਪੈਸੇ ਛੱਡ ਦੂੰਗਾ ਤੈਨੂੰ, ਘਰੇ ਨਹੀਂ ਆਊਂਗਾ ਤੇਰੇ ਮੈਂ। ਨਾਲੇ ਜੇ ਨੁਕਸਾਨ ਹੋ ਹੀ ਗਿਆ ਤਾਂ ਘਰੇ ਬਹਿ ਜਾਓ। ਵੀਰੇ ਮੈਨੂੰ ਡਰ ਸੀਗਾ ਕੋਈ ਡਾਂਟੋਗੇ ਤੁਸੀਂ। ਕੋਈ ਹੋਰ ਕੰਮ ਤਾਂ ਨਹੀਂ ਲੱਭ ਲਿਆ? ਨਹੀਂ ਵੀਰੇ। ਹੈਂ? ਨਹੀਂ ਨਹੀਂ। ਲੱਭਣਾ ਵੀ ਨਹੀਂ, ਪਤਾ ਕਿਉਂ? ਉਹਦੇ ਲਈ ਨਾ ਚਲਾਕ ਚਾਹੀਦਾ ਬੰਦਾ, ਥੋੜ੍ਹੀ ਜਿਹੀ ਅਕਲ ਚਾਹੀਦੀ ਬੰਦੇ ਨੂੰ।
ਅਜਿਹਾ ਜਿਹਾ ਤੂੰ ਭੋਲੂ ਨਾ ਤੈਨੂੰ ਕਿਸੇ ਨੇ ਕੰਮ ਨਹੀਂ ਦੇਣਾ, ਮੈਂ ਹੀ ਤੈਨੂੰ ਸਹਾਰੀ ਜਾਂਦਾ। ਇਕੱਲੀ ਇਕੱਲੀ ਚੀਜ਼ ਦੱਸ ਕੇ ਵੀ ਭੇਜੋ, ਉੱਥੇ ਜਾ ਕੇ ਤੂੰ ਭੁੱਲ ਜਾਂਦਾ। ਥੋੜ੍ਹਾ ਜਿਹਾ ਜ਼ਿੰਮੇਵਾਰ ਹੋ ਜਾਓ, ਥੋੜ੍ਹਾ ਜਿਹਾ ਸਮਝੋ ਆਪਣੀ ਜ਼ਿੰਮੇਵਾਰੀਆਂ ਨੂੰ। ਘਰ ਚਲਾਉਣਾ ਹੈ ਤੁਸੀਂ, ਸਾਰੀ ਉਮਰ 10,000 'ਤੇ ਰਹਿਣਾ? ਨਹੀਂ ਵੀਰੇ, ਪੈਸੇ ਵੱਧ ਕਮਾਉਣੇ ਆ ਨਾ। ਹਾਂਜੀ ਵੀਰੇ, ਅਕਲ ਵੀ ਵੱਧ ਚਾਹੀਦੀ ਆ। ਮੈਂ ਤੈਨੂੰ ਰਾਤ ਫੋਨ ਪਤਾ ਕਿਉਂ ਕਰਦਾ ਪਿਆ ਸੀ? ਸਮਾਨ ਆ ਗਿਆ ਸੀਗਾ। ਸਮਾਨ ਆ ਗਿਆ ਸੀ ਵੀਰੇ? ਆਹ ਦੇਖ ਲਾ ਪਿਆ, ਆਹੀ ਬੋਰਾ ਸੀ ਨਾ। ਹਾਂਜੀ, ਫਿਰ ਤੈਨੂੰ ਮੈਂ ਆਹੀ ਦੱਸਣ ਨੂੰ ਫੋਨ ਕਰਦਾ ਪਿਆ ਸੀ। ਤੁਸੀਂ ਮਹਾਰਾਜ ਪਹਿਲਾਂ ਚਲੇ ਗਏ, ਮੁੜ ਕੇ ਆਏ ਨਹੀਂ, ਨਾ ਮੇਰਾ ਫੋਨ ਚੱਕ ਰਹੇ ਹੋ। ਰਿਕਸ਼ੇ ਵਾਲਾ ਕਹਿੰਦਾ ਮੇਰਾ ਕੋਈ ਮੋਬਾਈਲ ਖੋ ਕੇ ਲੈ ਗਿਆ। ਲੋਕਾਂ ਦਾ ਐਡਾ ਬੁਰਾ ਹਾਲ ਹੋਇਆ ਪਿਆ, ਰਿਕਸ਼ੇ ਵਾਲਾ ਵੀ ਨਹੀਂ ਛੱਡਿਆ, ਉਹਦਾ ਵੀ ਸਨੇਚਿੰਗ ਕਰਕੇ ਲੈ ਗਏ। ਤੂੰ ਇੰਨਾ ਸੋਚ, 5,000 ਦਾ ਨੁਕਸਾਨ ਸੋਚ ਕੇ ਹੋਰ ਕਿੰਨਾ ਨੁਕਸਾਨ ਕਰਾਇਆ ਹੋਊਗਾ। ਰਾਤ ਕਸਟਮਰ ਵੀ ਆਏ, ਠੀਕ ਹੈ, ਸਵੇਰੇ ਦੁਕਾਨ ਵੀ ਲੇਟ ਖੁੱਲ੍ਹੀ, ਉਹ ਵੀ ਵਿਚਾਰੀ ਅੱਧਾ ਘੰਟਾ ਬਾਹਰ ਖੜ੍ਹੀ ਰਹੀ। ਮੈਂ ਤਾਂ ਕੱਢਤਾ ਸੀ ਤੈਨੂੰ, ਉਹ ਦੇਖ ਲਾ ਨਵੀਂ ਕੁੜੀ ਰੱਖ ਲਈ ਆ। ਵੀਰੇ ਕੀ ਕਰਾਂਗੇ ਦੱਸ? ਵੀਰੇ ਮੈਂ ਕੰਮ ਕਰਨਾ ਵਾ, ਤੁਹਾਨੂੰ ਪਤਾ ਤਾਂ ਹੈਗਾ ਵਾ ਮੈਂ ਤੁਹਾਡੇ। ਫਿਰ ਫੋਨ ਚੱਕੇਗਾ, ਜ਼ਿੰਮੇਵਾਰੀ ਸਮਝੇਗਾ, ਦੁਕਾਨ 'ਤੇ ਆਏਗਾ ਤਾਂ ਕੰਮ ਹੋਊਗਾ ਕਿ ਘਰੇ ਬਹਿ ਕੇ ਕੰਮ ਹੋ ਜੂਗਾ? ਤੂੰ ਤਾਂ ਐਂ ਕਰਾਉਂਦਾ ਮੈਨੂੰ ਫੀਲ ਕਿ ਤੂੰ 5 ਸਾਲ ਦਾ ਨਿਆਣਾ ਹੈ, ਤੈਨੂੰ ਹੱਥ ਫੜ ਕੇ ਲਿਖਾ ਦਈਏ, ਹੱਥ ਫੜ ਕੇ ਕੰਮ ਕਰਾ ਦਈਏ, ਜੋ ਕਹੀਏ ਉਹੀ ਸੁਣਨਾ ਬਸ, ਉਸ ਤੋਂ ਇਲਾਵਾ ਕੁਛ ਕਰਨਾ ਹੀ ਨਹੀਂ ਆਪਾਂ। ਨਹੀਂ ਵੀਰੇ, ਮੈਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੂੰਗਾ। ਕਰੋ ਫਿਰ, ਮੈਂ ਤਾਂ ਤੈਨੂੰ ਕੁਛ ਕਿਹਾ ਹੀ ਨਹੀਂ ਸੀਗਾ। ਦੇਖ ਬਾਈ, ਮੇਰਾ ਨੁਕਸਾਨ ਹੋਊਗਾ, ਮੈਂ ਤਾਂ ਗੁੱਸਾ ਆਊਗਾ ਕਿ ਨਹੀਂ ਆਊਗਾ ਮੈਨੂੰ? ਹਾਂਜੀ ਵੀਰੇ, ਸਮਝਾ ਚੰਗੀ ਤਰ੍ਹਾਂ। ਹਾਂਜੀ ਵੀਰੇ ਆਊਗਾ। ਆਊਗਾ ਨਾ? ਹਾਂਜੀ। 5,000 ਰੁਪਇਆ ਥੋੜ੍ਹਾ ਹੁੰਦਾ, ਤੇਰੀ 15-30 ਦੀ ਤਨਖਾਹ ਵਾ। ਤਾਂ ਹੀ ਤਾਂ ਵੀਰੇ ਮੈਂ ਡਰ ਗਿਆ ਸੀ ਕਿ ਮੈਂ ਇੰਨੇ ਪੈਸੇ ਕਿੱਥੋਂ ਦਊਂਗਾ। ਗੱਲ ਕਰੇ ਤਾਂ ਹੱਲ ਹੁੰਦੇ ਆ ਨਾ, ਰੁੱਸ ਕੇ ਤਾਂ ਨਹੀਂ ਹੱਲ ਹੁੰਦੇ, ਘਰੇ ਬਹਿ ਕੇ ਤਾਂ ਨਹੀਂ ਹੱਲ ਹੁੰਦੇ? ਨਹੀਂ ਵੀਰੇ। ਅੱਜ ਤੱਕ ਤੂੰ ਕਿੰਨਾ ਸਮਾਨ ਤੋੜਿਆ ਹੋਣਾ, ਕਿੰਨਾ ਨੁਕਸਾਨ ਕਰਾਇਆ ਹੋਊਗਾ, ਕਿੰਨੇ ਕੁ ਪੈਸੇ ਕੱਟ ਲਏ ਮੈਂ ਤੇਰੇ? ਨਹੀਂ ਵੀਰੇ, ਪੈਸੇ ਤਾਂ ਨਹੀਂ ਤੁਸੀਂ ਕੱਟੇ। ਫਿਰ ਜੇ ਮੈਂ ਮੂੰਹ ਦਾ ਕੌੜਾ ਵਾਂ, ਤੈਨੂੰ ਮੈਂ ਬੋਲ ਦਿੰਦਾ, ਗੁੱਸਾ ਕਰਦਾ, ਮੈਂ ਤੈਨੂੰ ਮਾਰਦਾ ਵਾਂ? ਨਹੀਂ ਵੀਰੇ। ਪੈਸੇ ਕੱਟਦਾ ਤੇਰੇ ਮੈਂ? ਨਹੀਂ ਵੀਰੇ। ਤੈਨੂੰ ਮੈਂ ਕੰਮ ਤੋਂ ਕੱਢਿਆ ਕਦੇ? ਨਹੀਂ। ਫਿਰ ਕਿਉਂ ਡਰਦਾ? ਤੈਨੂੰ ਕੰਮ ਸਿਖਾਇਆ ਨਾ? ਹਾਂਜੀ। ਹੈ ਨਾ, ਤੈਨੂੰ ਜ਼ਿੰਮੇਵਾਰੀ ਸਿਖਾਈ ਆ ਨਾ, ਮਾਰਕੀਟ ਜਾਣਾ ਵੀ ਸਿਖਾਤਾ ਨਾ, ਹੌਲੀ ਹੌਲੀ ਜਿਹੜੀ ਚੀਜ਼ਾਂ ਰਹਿੰਦੀਆਂ ਉਹ ਵੀ ਸਿੱਖ ਜਾਏਗਾ ਯਾਰ। ਤੈਨੂੰ ਛੋਟੇ ਭਰਾ ਵਾਂਗੂ ਰੱਖਿਆ, ਕਿਉਂ ਨਹੀਂ ਸਮਝਦਾ ਗੱਲ? ਡਰਿਆ ਨਾ ਕਰ, ਦੁਨੀਆ ਬੜੀ ਚਲਾਕ ਹੈ, ਭੋਲੇ ਭਾਲੇ ਬੰਦੇ ਨੂੰ ਤਾਂ ਵੈਸੇ ਹੀ ਲੁੱਟ ਕੇ ਲੈ ਜਾਂਦੇ ਲੋਕ। ਦੇਖ ਜੇ ਮੈਂ ਤੈਨੂੰ ਡਾਂਟਦਾ ਵਾਂ, ਪਿਆਰ ਵੀ ਤਾਂ ਕਰਦਾ ਨਾ? ਹਾਂਜੀ। ਇੰਨਾ ਤਾਂ ਹੱਕ ਹੈਗਾ ਨਾ ਮੈਂ ਤੈਨੂੰ ਡਾਂਟ ਸਕਦਾ, ਜਿੱਥੇ ਨੁਕਸਾਨ ਹੋਊਗਾ ਉੱਥੇ ਤਾਂ ਮੈਂ ਡਾਂਟੂੰਗਾ ਹੀ। ਕੰਮ ਕਰੋ, ਚਲੋ। ਨਾਲੇ ਉਹ ਨਵੀਂ ਕੁੜੀ ਰੱਖੀ ਆ, ਲੋੜ ਹੈ ਨਹੀਂ ਸੀਗੀ, ਐਵੇਂ ਖੈੜੇ ਪੈ ਗਈ। ਸਿਮਰਨ ਦੀ ਸਹੇਲੀ ਆ। ਸਹੇਲੀ ਆ? ਹਾਂ, ਅਤੇ ਉਹ ਕਹਿੰਦੀ ਮੈਂ ਤਨਖਾਹ ਨਹੀਂ ਲਊਂਗੀ, ਕੰਮ ਸਿੱਖਣਾ, ਅਤੇ ਜਿਹੜਾ ਝਾੜ ਪੁੰਝ ਵਾਲਾ ਕੰਮ ਇਹ ਤੋਂ ਕਰਾ ਲਿਆ ਕਰਾਂਗੇ। ਤਨਖਾਹ ਨਹੀਂ ਲਊਂਗੀ? ਉਹਨੂੰ ਕੰਮ ਸਿੱਖਣ ਦਾ ਹੈ ਨਾ, ਕਹਿੰਦੀ 1 ਮਹੀਨਾ ਮੈਂ ਇੱਦਾਂ ਹੀ ਕੰਮ ਕਰ ਦੂੰਗੀ, ਬਾਕੀ ਜੇ ਲੱਗਿਆ ਕੁਛ ਕਰਦੀ ਆ ਤਨਖਾਹ ਦੇ ਵੀ ਦੇਵਾਂਗੇ, ਆਪਣਾ ਕੀ ਜਾਂਦਾ। ਪਰ ਵੀਰੇ ਇੱਦਾਂ ਸਹੇਲੀਆਂ ਸਹੇਲੀਆਂ ਰੱਖਣੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਦੁਕਾਨ 'ਤੇ। ਗੱਲ ਤਾਂ ਤੇਰੀ ਸਹੀ ਆ,
ਪਰ ਹੁਣ ਲਹਿੰਗਿਆਂ ਨੂੰ ਵੀ ਕੋਈ ਚਾਹੀਦਾ ਨਾ ਆਪਾਂ ਨੂੰ। ਉਹ ਤਾਂ ਠੀਕ ਹੈ ਵੀਰੇ ਤੁਹਾਡੀ, ਚਲੋ ਜਿੱਦਾਂ ਤੁਹਾਨੂੰ ਠੀਕ ਲੱਗੇ, ਤੁਸੀਂ ਕੁਝ ਸੋਚ ਕੇ ਰੱਖਿਆ ਹੋਊਗਾ। ਕੋਈ ਗੱਲ ਨਹੀਂ, ਦੇਖੀ ਜਾਊਗੀ। ਅੱਜ ਪਹਿਲਾ ਦਿਨ ਹੀ ਹੈ ਇਹਦਾ। ਅੱਛਾ ਅੱਛਾ ਠੀਕ ਹੈ। ਇਹ ਵੈਸੇ ਦੀ ਕਿੰਨੀ ਸੈਲਰੀ ਹੋਈ ਹੈ ਦੀਦੀ? ਵੈਸੇ ਤੁਸੀਂ ਕਿਉਂ ਪੁੱਛ ਰਹੇ ਹੋ? ਮੈਂ ਤਾਂ ਵੈਸੇ ਹੀ ਪੁੱਛਿਆ, ਮੈਂ ਕਿਹਾ ਵੀ ਚਲੋ ਹੈ ਨਾ